बचाए, मस्त नजरों से अल्लाह बचाए। बोला जी थानू गिटार दी पई है, मुलक च बर्बादी हो गई है। ਜੇ ਮੈਂ ਫੜ ਲਿਆ ਤੇ ਮੁਲਕ ਚ ਬਰਬਾਦੀ ਹੋਣ ਲੱਗ ਪਈ। ਕੀ ਹੋਇਆ ਜੀ? ਉਹ ਮੁਫਤੀ ਸਾਹਿਬ ਜਿਹੜੇ ਨੇ ਕੋਈ ਅਜ਼ੀਜ਼ ਰਹਿਮਾਨ, ਉਹਨਾਂ ਦਾ ਤੁਹਾਨੂੰ ਪਤਾ ਨਹੀਂ ਨਾ ਕੀ ਕੀਤਾ ਉਹਨਾਂ ਨੇ? ਯਾ ਮੇਰੇ ਮੌਲਾ ਪਰਵਰ ਦੀ ਗਾਰ, ਇਸ ਮੁਲਕ ਦੇ ਅਜ਼ਾਬ ਚ ਬਚਾ, ਦਾੜੀ ਰੱਖ ਕੇ ਐਡਾ ਵੱਡਾ ਮੁਫਤੀ ਆਲਮ ਹੋ ਕੇ ਕੁਰਾਨ ਤੇ ਹੱਥ ਰੱਖ ਕੇ ਕਹਿੰਦਾ ਮੈਂ ਜ਼ਨਾ ਨਹੀਂ ਕੀਤਾ, ਮੈਂ ਅਜੇ ਨਹੀਂ ਕੀਤਾ, ਮੈਂ ਅਜੇ ਨਹੀਂ ਕੀਤਾ। ਉਹਦੀ ਵੀਡੀਓ ਲੀਕ ਹੋ ਗਈ ਇਹਨੇ। ਖੁਦਾਇਆ ਸਾਡੇ ਮੁੜ ਚ ਕਿਆਮਤ ਬਹੁਤ ਜਲਦੀ ਆ ਜਾਏਗੀ। ਇਹ ਜਿਹੜੀ ਜ਼ਨਾ ਦਨੂ ਵਾਲੇ ਬੱਚਿਆਂ ਨੇ ਲੋਂਡੇਬਾਜ਼ੀ ਹੋਣ ਲੱਗ ਪਈ ਹੈ ਨਾ। ਇੱਕ ਨੰਬਰ ਤੋਂ ਮੈਂ ਇਮਰਾਨ ਖਾਨ ਨੂੰ ਸਲੂਟ ਕਰਨਾ, ਜਿਹੜਾ ਉਹਨੇ ਕਿਹਾ ਔਰਤਾਂ ਨੂੰ ਕਿ ਕੱਪੜੇ ਅੱਛੇ ਤਰੀਕੇ ਦੇ ਪਾਓ। ਐਸੇ ਗੱਲੂ ਸਾਡੇ ਮੁੜ ਚ ਫਨਾ ਕੰਮ ਹੁੰਦਾ ਪਿਆ। ਓਏ ਹੋਏ, ਮੈਂ ਗਵਰਨਮੈਂਟ ਆਫ ਪਾਕਿਸਤਾਨ ਨੂੰ ਕਹਿਣਾ ਹੈ, ਮੌਲਵੀ ਨੂੰ ਸਰੇਆਮ ਸਜ਼ਾ ਦਿੱਤੀ ਜਾਏ, ਇਹਨੂੰ ਮਨਾਰੇ ਪਾਕਿਸਤਾਨ ਨੂੰ ਥੱਲੇ ਸੱਟੋ। ਕੋਈ ਈਜ਼ੀ ਸੈਂਟਰ ਵਾਲਾ ਕੋਈ ਬੰਦਾ ਨੂੰ ਚੁੱਕਣ ਨਾ ਹੋਵੇ, ਕੁੱਤਾ ਦੀ ਮੌਤ ਮਾਰ ਦੇ, ਉਹਨੂੰ ਸਜ਼ਾ ਮੌਤ ਦੇਣੀ ਚਾਹੀਦੀ ਹੈ ਮੌਲਵੀ ਨੂੰ। ਅਸੀਂ ਛੋਟੇ ਛੋਟੇ ਬੱਚੇ ਮਦਰਸਿਆਂ 'ਚ ਪਾਉਣੇ ਕਿ ਚਲੋ ਤਲੀਮ ਤਲਾਮ ਸਿੱਖੀ, ਦੀਨ ਸਲਾਮ ਹੋਏ, ਸਾਡੇ ਬੱਚੇ ਨਮਾਜ਼ ਪੜ੍ਹਨ, ਤਰਾਬੀਆਂ ਪੜ੍ਹਾਉਣ, ਜੇ ਕਰਨ ਵੋ ਕਰਨ। ਲੇਕਿਨ ਭਾਈ ਬੱਚਿਆਂ ਨੂੰ ਲੋਹੇ ਦੇ ਕੱਛੇ ਸਵਾ ਕੇ ਦਿਓ, ਉੱਤੇ ਨਿੱਕੀ ਨਿੱਕੀ ਤਾਲੀ ਲਾ ਕੇ ਚਾਬੀ ਮਾਂ ਪਿਓ ਕੋਲ ਰੱਖਣ। ਦਸਾਂ 'ਚ ਜੇ ਭੇਜਣਾ ਇਹਨਾਂ ਤਾਂ ਲੋਹੇ ਦੇ ਕੱਛੇ ਸਵਾ ਕੇ ਦਿਓ ਬੱਚਿਆਂ ਨੂੰ, ਉਂਝ ਨਾ ਭੇਜੀ। ਅੱਲਾਹ ਤਾਲਾ ਇਸ ਮੌਲਵੀ ਨੂੰ ਫਨਾ ਕਰੇ, ਬਰਬਾਦ ਕਰੇ। ਕੁਰਾਨ ਧਿਆਨ ਰੱਖ ਕੇ ਇਹਨੇ ਐਡੀ ਵੱਡੀ ਗੱਲ ਕੀਤੀ ਸੀ ਕਿ ਮੈਂ ਇਹ ਮੇਰੇ ਸੇ ਜ਼ਿਆਦੀ ਹੋ ਗਈ ਹੈ, ਇਹ ਮੈਨੇ ਮੁੰਡੇ ਨਸ਼ੇ ਵਾਲੀ ਚੀਜ਼ ਪੜ੍ਹਾਈ, ਚਾਰ ਪੰਜ ਵੀਡੀਓ ਬਣਾਈ, ਉਹਨੂੰ ਚੁੱਤੇ ਬਾਅਦ ਝੂਠੇ ਮਾਈਆਂ ਦੇਣਾ ਪਿਆ ਅਤੇ ਕਹਿਣਾ ਪਿਆ ਮੇਰੇ ਨਾਲ ਜ਼ਿਆਦੀ ਹੋ ਗਈ, ਇਹ ਫਲਾਣ ਕੀਤਾ। ਚਾਰ ਵੀਡੀਓ ਮੈਂ ਕਦੀ ਉਹਨੂੰ ਜੁੰਪੇ ਲਵਾਉਣਾ, ਕਦੀ ਉਹਨੂੰ ਕੁਝ ਕਰਨਾ, ਕਦੀ ਕੋਈ ਨਾ ਮੋਲ ਵਿੱਚ ਸਜ਼ਾ ਮੌਤ ਦੇ, ਬਲਕਿ ਮੈਨੂੰ ਦੇਰ ਮੈਂ ਸਿਰ 'ਤੇ ਜੁੱਤੀਆਂ ਮਾਰਾਂ। ਇੱਕ ਗੱਲ ਹੋਰ ਕਰਾਂਗਾ, ਜਿਹੜੇ ਤਮਾਮ ਪਾਕਿਸਤਾਨੀ ਜਿਸ ਜੇਲ੍ਹ 'ਚ ਮੁੱਲ ਵੀ ਜਾਏ, ਮੈਂ ਤਮਾਮ ਸੁਪਰਡੈਂਟ ਨੂੰ ਆਖਣਾ ਇਹਨੂੰ ਲੰਮਿਆਂ ਪਾ ਕੇ ਲਿੱਤਰ ਆਨੇ ਕਿ ਮਾਰੋ ਇਹਨੂੰ, ਮਾਰ ਮਾਰ ਕੇ ਇਹਦੇ ਮੂੰਹ 'ਚੋਂ ਹੱਥੋਂ ਪੈਰੋਂ ਖੂਨ ਕੱਢ ਦਿਓ, ਇਹਦੀ ਡਿੱਗੀ 'ਚੋਂ ਖੂਨ ਨਿਕਲ ਆਵੇ, ਇੰਨਾ ਮਾਰਵਨ। ਇਹਨੇ ਕੁਰਾਨ 'ਤੇ ਹੱਥ ਰੱਖਿਆ ਕਿ ਮੈਂ ਕੁਰਾਨ 'ਤੇ ਹੱਥ ਰੱਖ ਕੇ ਕਹਿੰਦਾ ਕਿ ਮੈਂ ਜ਼ਨਾਹ ਨਹੀਂ ਕੀਤਾ। ਉਹ ਵੀਡੀਓ ਤੇਰੇ ਪਿਓ ਦੀਆਂ ਹਨ, ਬੰਦੇ ਦਾ ਪੁੱਤਰ ਬਣ, ਤੈਨੂੰ ਰੱਬ ਨੇ ਜ਼ਮੀਨ ਦੇ ਵਿੱਚ ਨਹੀਂ ਦੁਨੀਆਂ 'ਤੇ ਜਲਾ ਜਲਾ ਕੇ ਮਾਰ ਛੱਡਿਆ। ਬੰਦੇ ਆਹਦੇ ਨੇ ਬੁੱਢਾ ਬੰਦਾ ਮਾਫ਼ੀ ਦਿਓ ਸਰ, ਬੁੱਢਾ ਬੰਦਾ ਮਾਫ਼ੀ ਦਿਓ, ਬੁੱਢਿਆਂ ਨੂੰ ਬਹੁਤ ਹੀ ਅੱਗ ਲੱਗੀ ਹੁਸ਼ਿਆਰੀ ਚੜ੍ਹਦੀ ਹੈ। ਅਤੇ ਲੋਂਡੇਬਾਜ਼ੀਆਂ ਦਾ ਚੱਕਰਾ ਭਾਵੇਂ ਮੈਂ ਦੱਸਿਆ ਸੀ ਸਿੱਸਿਆ 'ਚ ਚੱਲਦਾ, ਜੇ ਅੱਲਾ ਹੀ ਮਾਫ਼ੀ ਦੇ, ਇਹਨਾਂ ਨੂੰ ਕੀ ਕਰਦੇ ਨੇ ਯਾਰ। ਜਿਹੜਾ ਬੰਦਾ ਬਹੁਤਾ ਪੜ੍ਹ ਲਿਖ ਜਾਂਦਾ ਨਾ, ਉਹ ਕਰੈਕ ਹੋ ਜਾਂਦਾ। ਮੇਰੇ ਯਾਰ ਪੰਜ ਜਮਾਤਾਂ ਪੜ੍ਹੋ ਅਤੇ ਐਂ ਜੇ ਕੰਜਰ ਪੂਣਾ ਚੁੱਕ ਲਓ। ਖੁਸ਼ਹਾਲ ਜ਼ਿੰਦਗੀ ਗੁਜ਼ਾਰੋ, ਇੰਜੋਏ ਕਰੋ, ਮੌਲਵੀ ਨੂੰ ਸਜ਼ਾ ਦਿਓ।